ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਕੋਦਰ ਨਿਊਜ਼ ਰਿਪੋਰਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਅੱਜ ਅਸੀਂ ਪਹੁੰਚੇ ਹਾਂ ਜੀ ਗੁਰਦੁਆਰਾ ਸਾਹਿਬ ਰਾਮਗੜੀਆ ਪਿੰਡ ਕੋਟ ਬਾਦਲ ਖਾਂ ਵਿੱਚ, ਜਿੱਥੇ ਕਿ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਦੀਆਂ ਖੁਸ਼ੀਆਂ ਦੇ ਸੰਬੰਧ ਵਿੱਚ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਰਾਗੀ ਸਿੰਘਾਂ ਨੇ ਗੁਰੂ ਜੀ ਦੀ ਇਲਾਹੀ ਬਾਣੀ ਨਾਲ ਸੰਗਤਾਂ ਨੂੰ ਜੋੜਿਆ, ਅਤੁੱਟ ਲੰਗਰ ਚਲਾਏ ਗਏ ਅਤੇ ਨਾਲ ਹੀ ਬਲੱਡ ਡੋਨਰਸ ਕਲੱਬ ਮੈਦਪੁਰ ਅਤੇ ਗੁਰਦੁਆਰਾ ਰਾਮਗੜੀਆ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਸੰਗਤਾਂ ਵੱਲੋਂ ਬਹੁਤ ਹੀ ਉਤਸ਼ਾਹ ਨਾਲ ਖੂਨਦਾਨ ਕੀਤਾ ਗਿਆ। ਆਓ ਗੁਰਦੁਆਰਾ ਸਾਹਿਬ ਜੀ ਵਿੱਚ ਦਰਸ਼ਨ ਕਰਦੇ ਹਾਂ ਅਤੇ ਖੂਨਦਾਨ ਕੈਂਪ ਦੀਆਂ ਲਾਈਵ ਤਸਵੀਰਾਂ ਦੇਖਦੇ ਹਾਂ, ਨਾਲ ਹੀ ਕਲੱਬ ਮੈਂਬਰ ਅਤੇ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨਾਲ ਗੱਲਬਾਤ ਕਰਦੇ ਹਾਂ ਜੀ। ਆਓ ਲੈ ਚੱਲੀਏ ਜੀ ਤੁਹਾਨੂੰ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਨਗਰ ਕੋਟ ਬਾਲਖਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਸੋ ਇਸ ਮੌਕੇ ਤੇ ਬਲੱਡ ਡੋਨਰਸ ਕਲੱਬ ਮਹਿਤਪੁਰ ਵੱਲੋਂ ਇੱਕ ਖੂਨਦਾਨ ਕੈਂਪ ਲਗਾਇਆ ਗਿਆ, ਜਿਹਦੇ ਵਿੱਚ ਹੁਣ ਤੱਕ ਲਗਭਗ 50 ਖੂਨਦਾਨੀ ਵੀਰ ਅਤੇ ਭੈਣਾਂ ਖੂਨਦਾਨ ਕਰ ਚੁੱਕੇ ਆ। ਸੋ ਮੇਰੇ ਵਾਸਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਇਸ ਕੈਂਪ ਦੇ ਵਿੱਚ ਲਗਭਗ 10 ਬੀਬੀਆਂ ਨੇ ਖੂਨਦਾਨ ਕੀਤਾ, ਸੋ ਜੋ ਬੜੀ ਉਤਸ਼ਾਹ ਵਾਲੀ ਗੱਲ ਹੈ। ਸੋ ਅਸੀਂ ਲਗਭਗ 200 ਮਨੁੱਖਾਂ ਦਾ ਜਿਹੜਾ HB ਅਤੇ ਗਰੁੱਪ ਟੈਸਟ ਫਰੀ ਚੈੱਕਅਪ ਕਰ ਚੁੱਕੇ ਹਾਂ। ਇਹਦੇ ਨਾਲ ਸਾਡੇ ਕਲੱਬ ਵੱਲੋਂ ਸ਼ੂਗਰ ਦਾ ਟੈਸਟ ਵੀ ਫਰੀ ਕੀਤਾ ਜਾ ਰਿਹਾ। ਸੋ ਮੈਂ ਗੁਰਦੁਆਰਾ ਸਾਹਿਬ ਕਮੇਟੀ ਸ਼੍ਰੀ ਗੁਰਦੁਆਰਾ ਸਾਹਿਬ ਰਾਮਗੜੀਆ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਹੜੀ ਪ੍ਰਬੰਧਕ ਕਮੇਟੀ ਨੇ ਸਾਨੂੰ ਇੱਥੇ ਇਹ ਖੂਨਦਾਨ ਕੈਂਪ ਲਾਉਣ ਦੀ ਇਜਾਜ਼ਤ ਦਿੱਤੀ ਹੈ, ਔਰ ਇਹ ਕਮੇਟੀ ਨੇ ਸਾਡਾ ਬਹੁਤ ਸਾਰਾ ਸਹਿਯੋਗ ਦਿੱਤਾ। ਸੋ ਨਾਲ ਹੀ ਮੈਂ ਵੀਰ ਜੀ ਬਲਵੀਰ ਸਿੰਘ ਜੀ ਸ਼ਾਹ, ਉਹਨਾਂ ਦਾ ਧੰਨਵਾਦ ਕਰਦਾ, ਇਹਨਾਂ ਨੇ ਮੇਰੀ ਬੜੀ ਸਪੋਰਟ ਕੀਤੀ ਹੈ, ਔਰ ਸਰਦਾਰ ਬਲਵੰਤ ਸਿੰਘ ਜੀ ਦਸ਼ਮੇਸ਼ ਟੈਂਟ ਹਾਊਸ, ਜਿਨ੍ਹਾਂ ਨੇ ਟੈਂਟ ਦੀ ਫਰੀ ਸੇਵਾ ਕੀਤੀ ਹੈ, ਉਹਨਾਂ ਦਾ ਵੀ ਦਿਲੋਂ ਧੰਨਵਾਦ ਹੈ। ਔਰ ਅਸੀਂ ਕੋਟ ਬਾਲਖਾਂ ਦੇ ਵਿੱਚ ਇਹ ਤੀਸਰਾ ਖੂਨਦਾਨ ਕੈਂਪ ਲਗਾ ਰਹੇ ਹਾਂ। ਇਸ ਤੋਂ ਪਹਿਲਾਂ ਵੀ ਆਪਾਂ ਪਿਛਲੇ ਸਾਲ ਦੇ ਵਿੱਚ 2 ਖੂਨਦਾਨ ਕੈਂਪ ਲਗਾਏ ਸੀ, ਇਸੇ ਤਰ੍ਹਾਂ ਹੀ ਉਹ ਬੜੇ ਕਾਮਯਾਬ ਹੋਏ ਆ।
ਔਰ ਮੈਂ ਪ੍ਰਬੰਧਕ ਕਮੇਟੀ ਦੇ ਨਾਲ ਮੇਰੀ ਇਹ ਵੀ ਸਲਾਹ ਹੋਈ ਹੈ ਵੀ ਆਪਾਂ ਇਹ ਕੈਂਪ ਨੂੰ ਹਰੇਕ ਸਾਲ ਰੈਗੂਲਰ ਕਰਨਾ। ਸੋ ਗੁਰੂ ਸਾਹਿਬਾਨ ਇਹ ਕਮੇਟੀ ਨੂੰ ਚੜ੍ਹਦੀਆਂ ਕਲਾਂ ਬਖਸ਼ਣ ਔਰ ਅਸੀਂ ਹਰ ਸਾਲ ਇੱਥੇ ਖੂਨਦਾਨ ਕੈਂਪ ਲਗਾਉਂਦੇ ਰਹੀਏ। ਸੋ ਮੈਂ ਆਪਣੇ ਵੱਡੇ ਵੀਰ ਅਮਰਜੀਤ ਸਿੰਘ ਜੀ ਉੱਪਲ ਜਿਹੜੇ ਇਸ ਵੇਲੇ ਕੈਨੇਡਾ ਰਹਿੰਦੇ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਕਿਸ ਸਮੇਂ 7-8 ਸਾਲ ਪਹਿਲਾਂ ਇੱਕ ਖੂਨ ਗਰੁੱਪ ਟੈਸਟ ਕੈਂਪ ਦੀ ਅਪੀਲ ਕੀਤੀ ਸੀ ਵੀ ਇੱਥੇ ਕੈਂਪ ਲਾਇਆ ਜਾਵੇ ਔਰ ਉਹਨਾਂ ਦੇ ਸਹਿਯੋਗ ਦੇ ਨਾਲ ਮੈਂ ਸਾਰੇ ਪੰਜਾਬ ਦੇ ਵਿੱਚ ਹੀ ਇਹ ਕੈਂਪ ਲਗਾਏ ਆ। ਸੋ ਇਹਨਾਂ ਬੇਨਤੀਆਂ ਦੇ ਨਾਲ ਮੈਂ ਸਾਰੀ ਸੰਗਤ ਦਾ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਕੈਂਪ ਨੂੰ ਬਹੁਤ ਸਫਲ ਬਣਾਇਆ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਭਾਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਕਿ 550 ਸਾਲਾ ਪ੍ਰਕਾਸ਼ ਉਤਸਵ ਗੁਰਪੁਰਬ ਮਨਾਇਆ ਜਾ ਰਿਹਾ ਹੈ। ਸੋ ਨਾਲ ਹੀ ਸਾਡੇ ਗੁਰਨਾਮ ਸਿੰਘ ਜੀ ਮਹਿਸੋਪੁਰੀ ਜਿਨ੍ਹਾਂ ਨੇ ਕਿ ਖੂਨਦਾਨ ਦਾ ਕੈਂਪ ਗੁਰਦੁਆਰੇ ਦੇ ਬਿਲਕੁਲ ਨਜ਼ਦੀਕ ਲਾਇਆ ਹੈ ਅਤੇ ਬਹੁਤ ਧੰਨਵਾਦ ਹੈ ਇਹਨਾਂ ਦਾ, ਕਿਉਂਕਿ ਉਹਨਾਂ ਨੌਜਵਾਨਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਆ ਕੇ ਖੂਨਦਾਨ ਕੀਤਾ ਹੈ, ਕਿਉਂਕਿ ਗਾਹਲੀਆਂ ਜ਼ਿੰਦਗੀਆਂ ਜਿਹੜੀਆਂ ਕਿ ਜਿਨ੍ਹਾਂ ਨੂੰ ਲੋੜ ਹੁੰਦੀ ਹੈ ਉਹਨਾਂ ਨੂੰ ਮਿਲ ਜਾਂਦਾ ਹੈ, ਇਹਨਾਂ ਦਾ ਬੜਾ ਉਪਰਾਲਾ ਹੈ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਇਹਨਾਂ ਨੇ ਸਾਡੀ ਉਸਤਤ ਕੀਤੀ ਹੈ, ਅਸੀਂ ਉਹਦੇ ਲਾਇਕ ਤਾਂ ਹੈ ਨਹੀਂ, ਇਹ ਤਾਂ ਇਹਨਾਂ ਦਾ ਉਪਰਾਲਾ ਹੈ। ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਇਹਨਾਂ ਨੇ ਜਿੱਥੇ ਲੋੜ ਪੈਂਦੀ ਹੈ ਉਸ ਵੇਲੇ ਖੂਨ ਲੱਭਦਾ ਨਹੀਂ, ਇਸ ਵੇਲੇ ਇਹਨਾਂ ਦੇ ਉਪਰਾਲੇ ਕਰਕੇ ਉਹ ਜਿਹੜੀਆਂ ਜ਼ਿੰਦਗੀਆਂ ਉਹਨਾਂ ਨੂੰ ਇਹ ਮਿਲ ਜਾਂਦਾ ਹੈ। ਇਹਨਾਂ ਦਾ ਬਹੁਤ ਸਾਰੇ ਸਟਾਫ ਦਾ ਹੀ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਕਿ ਸਾਡੇ, ਅਸੀਂ ਕੀ ਕਰ ਸਕਦੇ ਹਾਂ, ਅੱਜ ਤਾਂ ਮਾੜੀ ਮੋਟੀ ਜੋ ਸੇਵਾ ਕੀਤੀ ਹੈ ਕਮੇਟੀ ਨੇ ਕੀਤੀ ਹੈ, ਅਤੇ ਇਸ ਕਰਕੇ ਇਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਹੈ। ਅਤੇ ਅਸੀਂ ਫਿਰ ਵੀ ਇਹ ਕੈਂਪ ਇਸ ਤਰ੍ਹਾਂ ਕਹਿਣਗੇ ਅਤੇ ਅਸੀਂ ਜਿੰਨਾ ਵੀ ਸਾਡੇ ਕੋਲ ਹਿੰਮਤ ਹੋ ਸਕੀ ਅਸੀਂ ਇਹਨਾਂ ਦੇ ਨਾਲ ਸਹਿਯੋਗ ਦੇਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਨੂੰ ਜੋ ਕਿ ਅੱਜ ਰਾਮਗੜੀਆ ਗੁਰਦੁਆਰਾ ਸਾਹਿਬ ਵਿੱਚ ਮਨਾਇਆ ਗਿਆ, ਸੋ ਜੋ ਕਿ ਅੱਜ ਕਲੱਪ ਦਾ ਬਲੱਡ ਖੂਨ ਦਾ ਕੈਂਪ ਲਾਇਆ ਗਿਆ, ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਜੋ ਕਿ ਨਕੋਦਰ ਨਿਊਜ਼ ਰਿਪੋਰਟ, ਇਹਨਾਂ ਦਾ ਵੀ ਬਹੁਤ ਧੰਨਵਾਦ ਹੈ ਜੋ ਕਿ ਉਹ ਨਿਊਜ਼ ਸਾਰੇ ਵਰਲਡ ਵਿੱਚ ਪਹੁੰਚਾ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਸੁਭਾਗਾ ਦਿਨ ਹੈ, ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਨੂੰ ਸਮਰਪਿਤ ਜੋ ਬਲੱਡ ਡੋਨੇਸ਼ਨ ਕੈਂਪ ਲਾਇਆ ਗਿਆ ਹੈ, ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਨਕੋਦਰ ਨਿਊਜ਼ ਵਾਲਿਆਂ ਨੂੰ ਵੀ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਇਹ ਖਬਰ ਸਾਰੇ ਵਰਲਡ ਵਿੱਚ ਪਹੁੰਚਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਸਤੇ ਦਾਨ ਕੈਂਪ ਲਗਾਇਆ ਗਿਆ ਹੈ ਜਿਸ ਦੇ ਵਿੱਚ ਸੰਗਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਪਿੰਡ ਦੇ ਵੱਡੇ ਭਾਗ ਹਨ ਜੋ ਇਸ ਦਾਨ ਦੇ ਵਿੱਚ ਸ਼ਾਮਿਲ ਹੋਏ। ਸਾਰੀਆਂ ਸੰਗਤਾਂ ਵਧਾਈ ਦੇ ਪਾਤਰ ਹਨ ਔਰ ਇਹ ਵੀ ਜਿਹੜੇ ਮਹਿਤਪੁਰ ਤੋਂ ਸਾਰੇ ਡਾਕਟਰ ਸਾਹਿਬਾਨ ਦੀ ਟੀਮ ਇਹਨਾਂ ਦੀ ਪੂਰੀ ਆਈ ਹੈ, ਪੂਰਾ ਸਹਿਯੋਗ ਕੀਤਾ ਸੰਗਤਾਂ ਨੂੰ ਉਪਰਾਲਾ ਕਰਕੇ ਇਹਨਾਂ ਦਾ ਸਹਿਯੋਗ ਕੀਤਾ, ਸਾਰਿਆਂ ਦਾ ਧੰਨਵਾਦ। ਅਸੀਂ ਬੜੀ ਉਮੀਦ ਕਰਦੇ ਹਾਂ ਕਿ ਗਾਂਹ ਤੋਂ ਵੀ ਪਿੰਡ ਨੂੰ ਇੱਦਾਂ ਦਾ ਸੇਵਾ ਦਾ ਮੌਕਾ ਦਿੰਦੇ ਰਹਿਣਗੇ ਤਾਂ ਕਿ ਸਾਡਾ ਜਿਹੜਾ ਪਿੰਡ ਕੋਟ ਬਾਦਲਖਾਂ ਹੈ ਇਹ ਵੀ ਦੇਸ਼ ਦੀ ਕੌਮ ਦੇ ਕਿਤੇ ਕੰਮ ਆ ਸਕੇ, ਅਸੀਂ ਉਹਨਾਂ ਗਰੀਬ ਪਰਿਵਾਰਾਂ ਦੇ ਵਿੱਚ ਕੰਮ ਆ ਸਕੀਏ। ਸਾਰੇ ਵਧਾਈ ਦੇ ਪਾਤਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੜੇ ਹੀ ਖੁਸ਼ੀ ਦੀ ਗੱਲ ਹੈ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ
ਜੋ ਆਗਮਨ ਪੁਰਬ ਹੈ ਉਹ ਕੋਟ ਬਾਦਲ ਖਾਂ ਦੀ ਸੰਗਤ ਵੱਲੋਂ ਗੁਰਦੁਆਰਾ ਸ੍ਰੀ ਰਾਮਗੜੀਆ ਸਾਹਿਬ ਵਿਖੇ ਮਨਾਇਆ ਗਿਆ, ਜਿਸ ਵਿੱਚ ਸਾਨੂੰ ਤਾਂ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਇਸ ਸਮੇਂ ਨੂੰ ਮੁੱਖ ਰੱਖਦੇ ਹੋਏ ਸਾਡੇ ਭਾਈ ਸਾਹਿਬ ਗੁਰਨਾਮ ਸਿੰਘ ਜੀ ਮਹਿਸੂਪੁਰੀ ਇਹਨਾਂ ਦੇ ਸਹਿਯੋਗ ਨਾਲ ਆਪਣੀ ਇਹ ਟੀਮ ਲੈ ਕੇ ਆਏ ਹਨ। ਉਰੀ ਹਸਪਤਾਲ ਜਲੰਧਰ ਉਹਨਾਂ ਦਾ ਵੀ ਸਟਾਫ ਆਇਆ ਹੈ। ਸੋ ਜੋ ਖੂਨਦਾਨ ਕੈਂਪ ਲਾਇਆ ਗਿਆ ਇਹ ਬਹੁਤ ਹੀ ਮੈਂ ਸਮਝਦਾ ਇਹ ਬਹੁਤ ਵਧੀਆ ਉਪਰਾਲਾ ਹੈ। ਸੋ ਮੈਂ ਬੜੇ ਮਾਣ ਨਾਲ ਇਹ ਗੱਲ ਕਹਿ ਸਕਦਾ ਕਿ ਅੱਜ ਜੋ ਖੂਨਦਾਨ ਇਹ ਕੈਂਪ ਲੱਗਾ ਹੈ, ਮੈਂ ਸਮੁੱਚੇ ਸਟਾਫ ਨੂੰ ਔਰ ਇਲਾਕਾ ਨਿਵਾਸੀਆਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਹਾਂ। ਔਰ ਮੈਂ ਪੁਰਜ਼ੋਰ ਅਪੀਲ ਵੀ ਕਰਦਾ ਹਾਂ ਕਿ ਜੇ ਕਿਸੇ ਵਿੱਚ ਸ਼ਮਤਾ ਹੈ, ਚਾਹੋ ਹੈ, ਤਾਂ ਖੂਨਦਾਨ ਜ਼ਰੂਰ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੈਂ ਥੋੜ੍ਹਾ ਜਿਹਾ ਖੂਨਦਾਨ ਬਾਰੇ ਬੇਨਤੀ ਕਰਨੀ ਚਾਹੁੰਦਾ ਸੀ ਸੰਗਤਾਂ ਨੂੰ। ਸੋ ਖੂਨਦਾਨ ਉਹ ਚੀਜ਼ ਹੈ ਜਿਹਦਾ ਕੋਈ ਬਦਲ ਨਹੀਂ ਹੈ। ਜੇ ਕਿਸੇ ਮਰੀਜ਼ ਨੂੰ ਖੂਨ ਦੀ ਲੋੜ ਹੈ ਤਾਂ ਇਹਦਾ ਮਤਲਬ ਆ ਸਿਰਫ ਮਨੁੱਖੀ ਖੂਨ ਹੀ ਉਹਦੀ ਜਾਨ ਬਚਾ ਸਕਦਾ, ਹੋਰ ਕੋਈ ਦਵਾਈ ਬੂਟੀ ਉਹਦੇ ਕੰਮ ਨਹੀਂ ਆ ਸਕਦੀ। ਸੋ ਜਦੋਂ ਖੂਨ ਦੀ ਇਹ ਜਿਹੜੀ ਰਿਸਰਚ ਨਹੀਂ ਸੀ ਹੋਈ ਉਦੋਂ ਜਿਹਦੇ ਵੀ ਮਨੁੱਖ ਦੇ ਵਿੱਚ ਖੂਨ ਦੀ ਘਾਟ ਹੁੰਦੀ ਸੀ ਉਹ ਸਿੱਧਾ ਹੀ ਮੌਤ ਦੇ ਮੂੰਹ ਵਿੱਚ ਜਾਂਦਾ ਸੀ। ਹੁਣ ਵੀ ਜਦੋਂ ਡਾਕਟਰ ਸਾਹਿਬਾਨ ਦੱਸਦੇ ਆ ਵੀ ਇਹਦੇ ਵਿੱਚ ਭਾਈ ਖੂਨ ਘੱਟ ਹੋ ਗਿਆ ਅਤੇ ਕੋਈ ਡੋਨਰ ਲੱਭੋ, ਸੋ ਜੇ ਕੋਈ ਦਾਨੀ ਖੂਨਦਾਨ ਨਹੀਂ ਉਹਨੂੰ ਮਿਲਦਾ ਤਾਂ ਉਹਨੇ ਸਿੱਧਾ ਹੀ ਮੌਤ ਦੇ ਮੂੰਹ ਵਿੱਚ ਚੱਲ ਜਾਣਾ। ਔਰ ਜਿਹੜਾ ਅਸੀਂ ਅੱਜ ਖੂਨਦਾਨ ਕਰ ਰਹੇ ਹਾਂ ਇਸ ਖੂਨ ਨੇ ਉਸ ਮਰੀਜ਼ ਨੂੰ ਮੌਤ ਦੇ ਮੂੰਹ ਵਿੱਚੋਂ ਕੱਢ ਕੇ ਜ਼ਿੰਦਗੀ ਭਰ ਨੂੰ ਲੈ ਆਉਣਾ। ਸੋ ਖੂਨਦਾਨ ਵਾਸਤੇ ਜਿਹੜੀ ਉਮਰ ਆ ਉਹ 18 ਤੋਂ 60 ਸਾਲ ਕਹੀ ਗਈ ਹੈ। 65 ਸਾਲ ਤੱਕ ਵੀ ਡਾਕਟਰ ਸਾਹਿਬ ਰਿਕਮੈਂਡ ਕਰਦੇ ਆ ਵੀ ਜਿਹੜਾ ਬੰਦਾ ਫਿੱਟ ਐਂਡ ਫੈਟ ਠੀਕ ਹੈ ਉਹਦੀ ਸਿਹਤ ਉਹ ਖੂਨਦਾਨ ਕਰ ਸਕਦਾ। ਸੋ ਖੂਨਦਾਨ ਵਾਸਤੇ ਲਗਭਗ 15-20 ਮਿੰਟ ਜਾਂ 5-7 ਮਿੰਟ ਲੱਗ ਸਕਦੇ ਆ, ਇਹ ਡਿਫਰੈਂਟ ਜਿਹੜੇ ਡੋਨਰ ਆ ਉਹਨਾਂ 'ਤੇ ਡਿਪੈਂਡ ਕਰਦਾ। ਸੋ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਅਸੀਂ ਖੂਨਦਾਨ ਕਰਦੇ ਹਾਂ ਕੁਝ ਘੰਟਿਆਂ ਵਿੱਚ ਪੂਰਾ ਹੋ ਜਾਂਦਾ। ਥੋੜ੍ਹੀ ਜਿਹੀ ਲਿਕਡ ਡਾਈਟ, ਜੂਸ, ਫਰੂਟ ਜਾਂ ਦੁੱਧ ਵਗੈਰਾ ਲੈਣ ਦੀ ਲੋੜ ਹੁੰਦੀ ਹੈ। ਔਰ ਇਹਦੀ ਜਿਹੜੀ ਬਿਲਕੁਲ ਘਾਟ ਆ ਖੂਨ ਦੀ ਉਹ 2-3 ਦਿਨ ਵਿੱਚ ਮੁਕੰਮਲ ਪੂਰੀ ਹੋ ਸਕਦੀ ਹੈ। ਖੂਨਦਾਨ ਕਰਨ ਤੋਂ ਬਾਅਦ ਕੋਈ ਵੀ ਜਿਹੜਾ ਡੋਨਰ ਹੈ ਉਹ ਆਪਣੇ ਕੰਮ ਜਿਹੜੇ ਆ ਰੂਟੀਨ ਦੇ ਵਿੱਚ ਆਰਾਮ ਨਾਲ ਕਰ ਸਕਦਾ। ਸੋ ਜ਼ਿਆਦਾ ਧੁੱਪ ਦੇ ਵਿੱਚ ਬੜਾ ਹਾਰਡ ਕੰਮ ਕਰਨ ਤੋਂ ਥੋੜ੍ਹਾ ਜਿਹਾ ਇੱਕ ਦਿਹਾੜੀ ਅਵਾਇਡ ਕਰਨੀ ਚਾਹੀਦੀ। ਮੰਨ ਲਓ ਕਿਸੇ ਨੇ ਕੋਈ ਕਹੀ ਚਲਾਉਣੀ ਹੈ ਜਾਂ ਕੋਈ ਘਣ ਹੈਮਰ ਚਲਾਉਣਾ ਉਹ ਤੋਂ ਅਵਾਇਡ ਕਰਨਾ ਚਾਹੀਦਾ, ਹੋਰ ਕੋਈ ਆਪਾਂ ਰੂਟੀਨ ਦੇ ਵਿੱਚ ਆਪਣੇ ਕੰਮ ਕਰ ਸਕਦੇ ਹਾਂ। ਸੋ ਜਿਹੜਾ ਖੂਨ ਹੈ ਆਪਣੇ ਸਰੀਰ ਦੇ ਵਿੱਚ ਲਗਭਗ ਇਹਦੇ ਵਿੱਚ 12-12.5 HB ਗਿਣਿਆ ਗਿਆ ਜਿਹੜੀ ਸਹੀ ਲਾਈਨ ਹੈ। ਸੋ ਜਿਹੜਾ ਵੀ ਡੋਨਰ ਹੈ ਜਿਹਦੇ ਵਿੱਚ 12.5 ਗ੍ਰਾਮ ਤੋਂ ਵੱਧ HB ਹੋਮੋਗਲੋਬਿਨ ਦਾ ਲੈਵਲ ਆ ਉਹ ਖੂਨਦਾਨ ਕਰ ਸਕਦਾ। ਸੋ ਇੱਕ ਜਦੋਂ ਆਪਾਂ ਯੂਨਿਟ ਖੂਨਦਾਨ ਕਰਦੇ ਹਾਂ ਇਹਦੇ ਵਿੱਚ ਲਗਭਗ 300 ਤੋਂ 350 ML ਖੂਨ ਜਿਹੜਾ ਦਾਨ ਹੁੰਦਾ। ਔਰ ਇਹ ਮਰੀਜ਼ ਨੂੰ ਜਦੋਂ ਲੱਗਦਾ ਫਿਰ ਇਹਦੇ ਵਿੱਚ ਜਿਹੜੀ ਦਵਾਈ ਹੁੰਦੀ ਹੈ ਉਹ ਵੀ ਰਲ ਕੇ ਪੂਰੇ ਦਾ ਪੂਰਾ ਬੈਗ ਉਹਦੇ ਸਰੀਰ ਵਿੱਚ ਜਾਂਦਾ। ਸੋ ਜੇ ਆਪਾਂ ਸਮਝ ਲਈਏ ਵੀ ਇੱਕ ਯੂਨਿਟ ਦੇ ਨਾਲ 1 ਗ੍ਰਾਮ HB ਸਾਡੀ ਇੰਪਰੂਵ ਹੋ ਜਾਂਦੀ ਹੈ। ਸੋ ਲਗਭਗ 4.5-4 ਲੀਟਰ ਸਾਡੇ ਵਿੱਚ ਖੂਨ ਹੁੰਦਾ। ਥੋੜ੍ਹਾ ਜਿਹਾ ਹਾਈਟ ਔਰ ਵੇਟ ਦੇ ਨਾਲ ਵਿੱਚ ਫਰਕ ਪੈ ਸਕਦਾ, ਪਰ ਆਪਾਂ ਕਹੀਏ ਵੀ 7 ਫੁੱਟ ਵਾਲਾ ਜਿਹੜਾ ਬੰਦਾ ਉਹਦੇ ਵਿੱਚ 8-10 ਲੀਟਰ ਖੂਨ ਹੋਊਗਾ ਇਹ ਪੋਸੀਬਲ ਨਹੀਂ ਹੈਗਾ। ਸੋ ਸਾਰਿਆਂ ਵਿੱਚ ਕੁਦਰਤ ਨੇ ਇੱਕੋ ਜਿਹਾ ਸਿਸਟਮ ਬਣਾਇਆ ਹੋਇਆ। ਸੋ ਇੱਕ ਯੂਨਿਟ ਦੇ ਨਾਲ ਸਾਡੇ ਵਿੱਚ ਇੱਕ ਜਿਹੜਾ ਅਸੀਂ ਦਾਨ ਕਰਦੇ ਹਾਂ 1 HB ਘੱਟ ਹੁੰਦਾ, ਲੇਕਿਨ ਜਦੋਂ ਆਪਾਂ ਦਾਨ ਕਰਦੇ ਹਾਂ 1 ਗ੍ਰਾਮ ਜਦੋਂ 1 ਯੂਨਿਟ ਲੱਗਣ ਦੇ ਨਾਲ ਉਹ ਮਰੀਜ਼ ਮੌਤ ਦੇ ਮੂੰਹ ਵਿੱਚੋਂ ਵਾਪਸ ਆ ਜਾਂਦਾ। ਸੋ ਮੈਂ ਸਾਰੇ ਹੀ ਵੀਰਾਂ ਨੂੰ ਬੇਨਤੀ ਕਰਦਾ ਵੀ ਆਪਾਂ ਵੱਧ ਚੜ ਕੇ ਜਿਹੜਾ ਬਾਬੇ ਨਾਨਕ ਨੇ ਸਾਨੂੰ ਮਨੁੱਖਤਾ ਦੀ ਸੇਵਾ ਦਾ ਮੈਸੇਜ ਦਿੱਤਾ ਸੀ ਉਹਦੇ ਉੱਤੇ ਆਪਾਂ ਅਮਲ ਕਰਦੇ ਹੋਏ ਖੂਨਦਾਨ ਜ਼ਰੂਰ ਕਰੀਏ। ਔਰ ਨਾਲ ਹੀ ਸਾਰੀਆਂ ਸੰਗਤਾਂ ਨੂੰ ਮੈਂ ਬੇਨਤੀ ਕਰਾਂਗਾ ਵੀ ਆਪਣਾ ਗਰੁੱਪ ਅਤੇ HB ਸਮੇਂ 'ਤੇ ਟੈਸਟ ਕਰਾਉਂਦੇ ਰਹੋ। ਜਿਹੜੇ ਬੀਬੀਆਂ ਭੈਣਾਂ ਦਾ ਜਾਂ ਵੀਰਾਂ ਦਾ ਖੂਨ HB ਘੱਟ ਹੈ ਉਹ ਡਾਕਟਰ ਸਾਹਿਬ ਨਾਲ ਲਾਜ਼ਮੀ ਸਲਾਹ ਲੈਣ ਵੀ ਭਾਈ ਅਸੀਂ ਇਹਨੂੰ ਕਿਵੇਂ ਇੰਪਰੂਵ ਕਰ ਸਕਦੇ ਹਾਂ। ਔਰ ਦੂਸਰੀ ਮੈਂ ਬੇਨਤੀ ਕਰਾਂਗਾ ਭਾਈ ਨਸ਼ੇ ਪੱਤੇ ਤੋਂ ਬਚ ਕੇ ਰਹੋ, ਮੈਨੂੰ ਬਹੁਤ ਮੁਸ਼ਕਿਲ ਆਉਂਦੀ ਹੈ ਜਦੋਂ ਪਿੰਡ ਦੇ ਵਿੱਚੋਂ 10 ਮੇਰੇ ਨਾਲ ਨੌਜਵਾਨ ਹੁੰਦੇ ਆ, ਪਰ ਕਿਉਂਕਿ ਉਹ ਨਸ਼ਾ ਪਤਾ ਕਰਦੇ ਹੁੰਦੇ ਇੱਕ ਵੀ ਉਹਦੇ ਵਿੱਚ ਨੌਜਵਾਨ ਖੂਨਦਾਨ ਨਹੀਂ ਕਰ ਸਕਦਾ। ਸੋ ਲੇਕਿਨ ਮੈਨੂੰ ਅੱਜ ਬੜੀ ਖੁਸ਼ੀ ਹੋਈ ਹੈ ਲਗਭਗ 50 ਦੇ ਨੇੜੇ ਮੇਰੀਆਂ ਵੀਰ ਅਤੇ ਭੈਣਾਂ ਨੇ ਖੂਨਦਾਨ ਕੀਤਾ। ਔਰ ਬਹੁਤ ਖੁਸ਼ੀ ਵਾਲੀ ਗੱਲ ਆ ਕਿ 7-8 ਬੀਬੀਆਂ ਨੇ ਪਹਿਲੀ ਵਾਰ ਖੂਨਦਾਨ ਕੀਤਾ ਇਸ ਕੈਂਪ ਵਿੱਚ। ਸੋ ਇਹ ਸਾਡੀ ਜਿਹੜੀ ਕੈਂਪ ਬਹੁਤ ਸਫਲ ਕੈਂਪ ਮੈਂ ਕਹਿ ਸਕਦਾ।
ਔਰ ਅਸੀਂ ਇਹ ਵੀ ਕਮੇਟੀ ਨਾਲ ਵਿਚਾਰ ਵਟਾਂਦਰਾ ਕੀਤਾ ਵੀ ਆਪਾਂ ਇਹ ਕੈਂਪ ਐਨੂਅਲ ਕਰ ਲੈਣਾ ਔਰ ਹਰੇਕ ਸਾਲ ਆਪਾਂ ਇੱਥੇ ਕੈਂਪ ਲਾਇਆ ਕਰਨਾ। ਸੋ ਇਹਨਾਂ ਬੇਨਤੀਆਂ ਦੇ ਨਾਲ ਮੈਂ ਸਾਰੀਆਂ ਸੰਗਤਾਂ ਨੂੰ ਖੂਨਦਾਨ ਦੀ ਅਪੀਲ ਕਰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੈਮਰਾਮੈਨ ਇੰਦਰਪ੍ਰੀਤ ਦੇ ਨਾਲ ਮੈਂ ਮਨਜੀਤ ਸਿੰਘ, ਨਕੋਦਰ ਨਿਊਜ਼ ਰਿਪੋਰਟ, ਕੋਟ ਬਾਦਲ ਖਾਨ।